السلام عليكم جی. اج علاقہ کے دیوانے اسی پاسپورٹ بنا رہے ہیں پاکستانی پاسپورٹ. کیونکہ پاکستانی پاسپورٹ اللہ خیر کے دے اگلے سال انشاءاللہ جدا پروگرام میں پاکستان چوں اس پاکستانی پاسپورٹ لوڑے وہ بنا رہے ہیں میں نے تے ساڑی جڑا ویلیج یا گرانج ہے اے تحصیل تے پاسپورٹ آفس جڑا ہریپور چ سرکوٹ روڈ تو ویسا ماشاءاللہ بڑے خوبصورت نظارے ہیں وہ بھی تو ساں دساں تے پاسپورٹ اگو حکومت نے مسائل وہ بھی تو ساں دساں تے جنریٹر نے تو ساں آواز پہ آندی سی لائٹ نہیں وہ دے دیکھو کیا مسئلہ ہے وہ بھی دیکھ ساں لکھے وہ تو ساں نالو نال دساں گاڑی ریڈی تے ہن اگو تو ساڈے ملاقات کرنے رہ دی کیا ہے کیا نہیں ٹھیک ہے السلام علیکم کیا جناب کیا سارا خرید چلو جی یہ آ گئے جی غازی بروتھا دی نہر پہلے تو نہر دے نال دنیا دی گاڑی بہت چھوٹی ہاں تو سامنے بروتھا دا چہرہ ہے بریک چڑھنا ہے تو صاف ہے ہاں صاف نظر آسی یہ ساڈا رقم ہے سارا تعلق ہے جب بابے ٹرا کر کے دے رائٹ سائڈ تے یہ پٹیاں ساڈیاں ہیں ਸਾਡੇ ਘਰਾਂ ਦੇ ਫੁੱਟ ਦੀ ਮੰਜੀਆਂ ਹੁਣ ਆ ਗਏ ਨਹਿਰ ਆ ਗਈ ਦੇਖ ਅਸਦ ਖਾਨ ਜੀ ਅਬੂ ਕੀ ਹਾਲ ਹੈ ਸ਼ੁਕਰ ਹੈ ਅੱਲਾ ਦਾ ਅੱਛਾ ਜੀ ਅਗੋਂ ਨਿਊਟਰਲ ਦਾ ਇਲਾਕਾ ਸ਼ੁਰੂ ਆਉਂਦਾ ਨਾ ਦੋ ਨਾ ਬੰਦ ਕਰਨਾ ਪਿਆ ਸੀ ਉਹ ਗੇਟ ਦਾ ਸਟਾਰ ਹੋ ਗਿਆ ਇਹਦੇ ਮਸ਼ਹੂਮਾਂ ਜ਼ਿਆਦਾ ਤਿਆਰ ਹੈ یہ بہت مشہور ہے یہ مطلب ہے اور یہ سال مشہومن زیارت ہے نیچے ٹمپو نیچے اٹھ کے ہو جائے جب کرا لانے وہ شہری چل رہی ہے مشہومن زیارت ہے مشہور پیاسے مر گئے بیچارے میں شہید برا سے یہ سال نیوٹرل یہ چوس یہ ہوں آ گیا جی پیر امیر صاحب کا علاقہ بہت سے ویوز انہوں نے سینڈ بھی سن انہوں نے ڈیرا ہے وہ سامنے آ گئے ਅਤੇ ਇਹ ਸਾਰਾ ਇਲਾਕਾ ਉਹਨਾਂ ਦਾ ਉਹ ਸਾਨੂੰ ਜੀ ਜੀਪ ਕਰਦੇ ਲੈਫਟ ਸਾਈਡ 'ਤੇ ਉਹਨਾਂ ਦਾ ਡੇਰਾ ਆਉਂਦਾ ਪੀਰ ਅਮੀਰ ਸਾਹਿਬ ਦਾ ਇਹ ਡੇਰਾ ਇਹ ਪੀਰ ਅਮੀਰ ਸਾਹਿਬ ਦਾ ਡੇਰਾ ਜੀ ਉਹ ਸਾਹਮਣੇ ਉਹ ਸਾਹਮਣੇ ਤੋਂ ਬੈਠਾ ਸਾ ਇਹ ਪੁੱਲ ਅਸਲ ਮੇਰੇ ਹੁੰਦਾ ਬੜਾ ਮੈਂ ਨਿੱਕਾ ਜਿਹਾ ਜਿਸ ਤਰ੍ਹਾਂ ਮਤਲਬ ਦੋ ਚੌ ਪੰਜਾਂ ਸਾਲਾਂ ਦਾ ਸੱਤਾਂ ਸਾਲਾਂ ਦਾ ਇਹ ਰੋਡ ਬਣਿਆ ਸਰ ਇੱਧਰ ਸਾਡੇ ਨਾਲ ਨਾਲਾ ਆਉਂਦਾ ਹੈ ਨਾ ਅਤੇ ਇਹ ਰੋਡ ਮੇਰੇ ਹੁਣ ਤੋਂ ਬਣਾਈ ਸਾਰਾ ਕੰਮ ਉਧਰ ਤੂੰ ਉਧਰ ਰੁਕੀ ਥੋੜ੍ਹਾ ਜਿਹਾ ਸਮਾਂ ਦਾ ਉਹ ਮੇਰੇ ਦਾ ਨੈਣਾ ਸਾਰਾ ਉਹ ਅੱਗੇ ਇੱਧਰ ਰੁਕ ਸਾਡੇ ਸੁਆਹ ਅੱਗੇ 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 ਜੋ ਉਹ ਜਲਦਾ ਰਾਹ ਲੈਂਦਾ ਨਾ ਉਹ ਜਦ ਬੰਦਾ ਖਲਦੇ ਅੱਗੇ ਡੰਗਰ ਖਲਦੇ ਜੇ ਅਜੁਰ ਰਹਿੰਦਾ ਇਸ ਨਾਲ ਲਾ ਸੇ ਬੋਰਡ ਨਾਲ ਅੱਗੇ ਇੱਧਰ ਥੋੜ੍ਹਾ ਅੱਗੇ ਕਹਿੰਦੇ ਇੱਥੇ ਸਾਰੀ ਆਬਾਦੀ ਹੋ ਗਈ ਇੱਧਰ ਤੋਂ ਇੱਧਰ ਕੀ ਲਾਸ ਹੈ ਬਸ ਲਾਸ ਇਹ ਆ ਗਿਆ ਸਭ ਮੈਂ ਜ਼ਰਾ ਸਭ ਬਾਹਰੋਂ ਕੈਪਚਰ ਕਰਕੇ ਨਾ ਇਹ ਸਾਰਾ ਮੇਰਾ ਨਾਲ ਜੀ ਇਹ ਚੱਲ ਤੁਸਾਂ ਉਧਰ ਮੈਂ ਅਲੱਗ ਹੈ ਕੀਤੀ ਸੀ ਨਵਾਂ ਅਲੱਗ ਦਾ ਵੀਡੀਓ ਪਾਸਾਂ ਉਹ ਜਿਹਾ ਢਾਕ ਹੈ ਸਾਰਾ ਮੇਰਾ ਮਤਲਬ ਨਾਲਾਂ ਦਾ ਅਲੱਗ ਹੈ ਮਤਲਬ ਮੇਰੀ ਬੇਬੇ ਦਾ ਹਿੱਸਾ ਜੀ ਵਿੱਚ ਸਾਰਾ ਜੇ ਤਾਂ ਪਹਾੜ ਸਾਰਾ چلو جی یہ آ گئے جو خوبصورت علاقے یہ جا تل مسجد بنے قریشی برادر آتے بنائی سارے جڑے گھر آئے تھے انہوں نے بنائی یہ سارا علاقہ یہ پہلے بہت خراب روڈ ہوتے ہیں نا جیسے میں نے جو بول لگ گیا اس نے جی تو آنا نا ماٹ دڑا یہ شرول آسی شرول رات سامنے تو راوڑ رہی ہاں یہ رائٹ جانتے مسجد پہ آتی ہے ادھر
شروط لگا رہا ہے نا پوری ختم ہوئی ابھی شروط آ رہا ہے اے رائٹ سائیڈ مسجد تو سی ہے ایسا نے میزر کی تھے اندر ہی مسجد پہ پڑتی ہے ہاں اے مسجد امام کیڑے استاد تھے نو کس تھا پوچھتے ہوئے نماز اللہ لوگوں سے صبر اور تو سو گا سو میں سو یاد ہی نہیں رہا یار پوچھا اگے
ਵੀ ਗਾੜੀ ਵੀ ਉਸੇ ਤੇ ਇਹ ਵਨ ਸਹੀ ਉਸੇ ਤੇ ਹੀ ਚੜ ਸੀ ਨੋ ਜੇ ਮੈਂ ਪਹਿਨਾ ਰੋਡ ਤਰੇ ਸਟੈਪ ਹੀ ਨਜ਼ਰ ਆਉਂਦੇ ਹਨ ਉਸ ਤੇ ਪਿੱਛੇ ਹੀ ਨੇ ਆ ਹੋਟਲ ਪਿੱਛੇ ਹੀ ਨਜ਼ਰ ਆਉਂਦਾ ਨੇ ਆ ਮਜ਼ੇ ਕਿਤੇ ਸੁਣੀ ਬਣ ਆ ਸੋਹਿਲ ਕੀ ਹਾਲ ਚਾਲ ਹੈ ਮੇਰੇ ਮੈਂ ਆਇਆ ਮੇਰਾ ਕੰਮ ਹੋ ਗਿਆ ਯਾਰ ਘਰੋਂ ਬੈਠੇ ਹਾਂ ਮੈਂ ਕੱਲ ਸਾਡੇ 7 ਵਜੇ ਆਇਆ ਕੋਈ ਬਾਹਰ ਨਹੀਂ ਆ ਸਾਰੇ ਕੋਲ ਬਾਹਰ ਨਹੀਂ ਆ ਨਾ ਮੈਂ ਆਇਆ ਯਾਰ ਬੜੀ ਮਿਹਰਬਾਨੀ ਸੋਹਿਲ ਪਾਣੀ ਦੀ ਕਿਸੇ ਰੋ ਦੀ ਪਰ ਚੜੇ ਪਰ ਪਾਣੀ ਲੈ ਕੇ ਤੇ ਅੱਗੇ ਦੇ ਅਸੀਂ ਨਾ ਪਾਣੀ ਦੇ ਲਗਾ ਪਾਣੀ ਜੋ ਕਰਨ ਨੂੰ ਸੀ ਤੇ ਤੇ ਸਭ ਤੋਂ ਵੱਧ ਸਭ ਤੋਂ ਵੱਧ ਸਭ ਤੋਂ ਵੱਧ ਸਭ ਤੋਂ ਵੱਧ
ਇਹ ਏਸ਼ੀਆ ਨਹੀਂ ਪਾਈ ਦੇਣਾ ਉਹ ਜਦੋਂ ਐਕਸੀਡੈਂਟ ਨਹੀਂ ਹੋਇਆ ਜਿਹੜਾ ਆਈ ਐਸ ਦਾ ਉਸ ਏਸ਼ੀਆ ਫਿਰ ਨਹੀਂ ਪਾਈ ਦੇਣਾ ਸਾਰੀ ਵਾਪਸੀ ਹੋ ਗਈ ਇਹ ਕਿਹੜਾ ਮੁਹੱਲਾ ਟੈਂਕੀ ਮੁਹੱਲਾ ਟੈਂਕੀ ਹਰੀਪੁਰ ਦਾ ਅੱਛਾ ਬੜਾ ਈਜ਼ੀ ਕੰਮ ਹੈ ਜਾਓ 9 ਵਜੇ ਵੜੇ ਦੇਖ ਮੈਂ ਪੈਦਾ ਨਿਕਲੇ ਬਾਹਰ ਨਿਕਾ ਜਿਹਾ ਕਮਰਾ ਹੈ ਮਰਦ ਔਰਤਾਂ ਇਕੱਠੇ ਹੀ ਉਹ ਫੋਟੋਗ੍ਰਾਫਰ ਵੀ ਹੈਗਾ ਇਹ ਦੋ ਜਨਾਨੇ ਤੇ ਦੋ ਮਰਦ ਬੁਲਾਉਂਦਾ ਅੱਗੇ ਵੀ ਜਦੋਂ ਦੇ ਹਿਸਾਬ ਹੈ ਤੁਹਾਡਾ ਪਰਾਸੇ ਪਿਆ ਚੱਲਦਾ ਹੁੰਦਾ ਵਿੱਚੋਂ ਸਿਫਾਰਸ਼ੀ ਦੋ ਚਾਰ ਆ ਜਾਂਦੇ ਉਹ ਲੈਣਾ ਤੇ ਲੱਗ ਜਾਂਦੇ ਉਹਨਾਂ ਦੇ ਗਾਲਾਂ ਆਉਂਦੀਆਂ ਜੇ ਬੈਠੇ ਨਾ ਕਿ ਲੇਕਿਨ ਚਲੋ ਜੇ ਅਸਲ 'ਚ ਮਸਲਾ ਅਸੀਂ ਜਦੋਂ ਆਏ ਉਧਰ
ਇਜ਼ੀ ਕੰਮ ਥੋੜਾ ਜਿਹਾ ਨਾ ਤਾਂ ਸਾਂ ਥੋੜਾ ਜਿਹਾ ਕੰਮ ਔਖਾ ਲੱਗਦਾ ਲੇਕਿਨ ਇਹਦੇ ਜਿਹੜੇ ਯੂਜ਼ ਟੂ ਹੋ ਗਏ ਉਹ ਚੱਲਦਾ ਕੰਮ ਚਲੋ ਫਿਰ ਇਸੀ ਕਰਨ ਹੋਇਆ ਸਿਰਾ ਚ ਅੱਲਾ ਕਿਦਾ ਸੀ ਹੁਣ ਨਿਕਲ ਆਇਆ ਪਰ ਗਰਮੀ ਆਤੀ ਹੀ ਵੇਲੇ ਕਦੇ ਲਾਈਟ ਚਲੀ ਜਾਂਦੀ ਫਿਰ ਤਾਂ ਉਹ ਲਾ ਦੇਣ ਕਿ ਜਨਰੇਟਰ ਜਾਂ ਲਾ ਦੇਣ ਫਿਰ ਏ ਸੀ ਬੰਦ ਹੋ ਜਾਂਦੇ ਦਰਵਾਜ਼ਾ ਖੁੱਲਦੇ ਦੋ ਬੰਦੇ ਬਸ ਬੈਠੇ ਭਲੇ ਕਿ ਕੋਈ ਚਲੋ ਉਹ ਅੰਗੂਠੇ ਲਾਉਂਦਾ ਮਤਲਬ ਫਿਰ ਕੋਈ ਪੈਂਟ ਵਗੈਰਾ ਕਰਦਾ ਫਿਰ ਦੂਰ ਕੋ ਚਲੋ ਤਾਂ ਦੂਆ ਕੁਝ ਹੋਰ ਕਹਾਣੀਆਂ ਪਰ ਪੜਦਾ ਫਿਰ ਚਲੋ ਅੱਲਾ ਕੀਤਾ ਹੋ ਹੀ ਗਿਆ ਕਿਉਂਕਿ ਇਹ ਦੂਏ ਗੱਲ ਇਹ ਬਣਾਇਆ ਅਜੇ ਅਸੀਂ ਉਹ ਜਿਸ ਇਹਦੇ ਤੁਸੀਂ ਜੈਜ਼ ਕਮਿਊਨਿਟੀ ਦੇ ਰੈਫਰੈਂਸ ਲੋੜ ਹੈ ਜਾਂ ਪੈ ਮਤਲਬ ਪੈਸਾ ਲੋੜ ਹੈ ਸਾਡਾ ਰੈਫਰੈਂਸ ਹੈ ਉਸਨੇ ਸਭ ਤੋਂ ਪਹਿਲੇ ਮਾਇਨੇ ਅਚੀਵ ਕੀਤੀ ਹੈ ਡਿਊਲ ਸਿਟੀਜ਼ਨ ਦੇ ਨਾਂ ਕੀ ਆਖਸਰ ਦੋ ਤੋਂ ਢਾਈ ਮਹੀਨੇ ਤੇਰੇ ਇਨਕੁਆਇਰੀ ਚੱਲੇਗਾ ਸੋ ਅੱਜ ਦਾ ਜੇ ਬੁਨਿਆਦ ਹੈ ਸਭ ਤੋਂ ਪਹਿਲਾਂ ਕੂੜ ਇਧਰੋਂ ਹੀ ਪਿਆ ਖੈਰ ਉਹਨਾਂ ਮੈਂ ਪੁੱਛੇ ਵੀ ਨਹੀਂ ਕਦੇ ਪੁੱਛੋ ਤਾਂ ਫਿਰ ਮੈਂ ਆਖਣਾ ਪੈ ਗਿਆ ਯਾਰ ਜੇ ਮੇਰੇ ਕੋਲ ਡਿਊਲ ਸਿਟੀਜ਼ਨ ਨਹੀਂ ਜੇ ਕੁਝ ਚਲੋ ਇਹ ਤਾਂ ਚੱਲਦਾ ਇਹ ਤਾਂ ਸਾਰੇ ਲੋਕ ਯੂਜ਼ ਟੂ ਅੱਲਾ ਪਾ ਖੈਰ ਪੇਸ਼ ਕਰੇ ਸਾਰੇ ਮੁਲਕ 'ਤੇ ਵੀ ਸਾਡੇ 'ਤੇ ਵੀ ਅਤੇ ਇਸ ਨਾਲ ਆਪਣੇ ਵਲੋਗ ਖਤਮ ਕਰਨਾ ਅਸੀਂ ਹਰਿਪੁਰ ਚ ਬਹਿੰਦੇ ਹਾਂ ਤੁਹਾਡੇ ਮੁਲਾਕਾਤ ਤੁਸੀਂ ਇਨਸ਼ਾਅੱਲਾ ਅਗਲੇ ਵਲੋਗ ਹੈ ਉਸ ਵੇਲੇ ਤੱਕ ਅੱਲਾ ਹਾਫਿਜ਼।